ਸਸਿਕਾ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਨੱਟਾਂ ਦੀ ਪਸੰਦ ਦੇ ਵਿੱਚ ਵੀਰੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਿਸਾਨ ਵੀਰਾਂ ਦੇ ਜ਼ਰੂਰਤਮੰਦ ਸਾਰੇ ਖੇਤੀਬਾੜੀ ਵਾਲੇ ਸੰਦ ਤੋਂ ਵੀਰੋ ਜਿਹੜੀ ਪਹਿਲਾਂ ਇਹ ਵਰਕਸ਼ਾਪ ਹੈ ਉਸ ਦੇ ਬਾਰੇ ਤੁਹਾਨੂੰ ਕੁਝ ਦੱਸ ਦਈਏ ਇਹ ਵਰਕਸ਼ਾਪ ਹੈ ਜੋ ਉਹ ਭੋਗਪੁਰ ਚ ਵਿੱਚ ਹੈ ਜੋ ਕਿ ਰਾਜ ਪੰਜਾਬ ਦੇ ਵਿੱਚ ਹੈ ਅਤੇ ਇਸ ਦੇ ਮਾਲਕ ਦਾ ਨਾਮ ਹੈ ਹੋਇਆ ਸੁਖਜੀਤ ਸਿੰਘ ਤੇ ਇਸਦਾ ਜੋ ਫੋਨ ਨੰਬਰ ਹੈ ਉਹ 9317007000 ਵੀਰੋ ਇਸ ਵੀਰਾਂ ਦਾ ਜੋ ਦੂਸਰਾ ਮੋਬਾਈਲ ਨੰਬਰ ਹੈ ਉਹ ਹੈ 9815004587 ਬਾਕੀ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਕਰ ਰਿਹਾ ਹੈ ਤੇ ਵੀਰੋ ਇੱਥੇ ਜੋ ਖੇਤੀਬਾੜੀ ਵਾਲੇ ਸਾਰੇ ਸੰਦ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਆ ਤੇ ਪੂਰੀ ਤਸੱਲੀ ਨਾਲ ਪੂਰੀ ਗਾਰੰਟੀਦਾਰ ਕੰਮ ਕੀਤਾ ਜਾਂਦਾ ਹੈ ਇਹ ਜਿਵੇਂ ਵੀਰੋ ਹਲ 5 ਹਲਾਂ ਤੋਂ ਲੈ ਕੇ 13 ਹਲ ਤੱਕ ਬਣਾਏ ਜਾਂਦੇ ਆ ਅਤੇ ਕਣਕ ਬੀਜਣ ਵਾਲੀ ਮਸ਼ੀਨ ਜੀਰੋ ਟੈਲ ਵਾਲੀ ਉਹ ਵੀ ਇੱਥੇ ਜੋ ਤਿਆਰ ਕੀਤੀ ਜਾਂਦੀ ਹੈ ਰੋਟਾਵੇਟਰ ਵੀਰੋ ਸਾਢੇ 6 ਫੁੱਟ ਤੋਂ ਲੈ ਕੇ 10 ਫੁੱਟ ਤੱਕ ਦੇ ਰੋਟਾਵੇਟਰ ਬਣਾਏ ਜਾਂਦੇ ਆ ਅਤੇ ਕਰਾਹੇ ਜੋ 6 ਫੁੱਟ ਤੋਂ ਲੈ ਕੇ 13 12 13 ਫੁੱਟ ਤੱਕ ਦੇ ਕਰਾਹੇ ਬਣਾਏ ਜਾਂਦੇ ਆ ਅਤੇ ਵੀਰੋ ਛੋਟੇ ਟਰੈਕਟਰਾਂ ਵਾਸਤੇ ਛੋਟੇ ਸੰਦ ਵੀ ਬਣਾਏ ਜਾਂਦੇ ਆ ਜਿਵੇਂ ਹਾਲ 5 ਛੋਟੇ ਟਰੈਕਟਰ ਖਾਤਰ ਬਣਾਉਣੇ ਹੁੰਦੇ ਆ ਉਹ ਵੀ ਬਣਾਏ ਜਾਂਦੇ ਆ ਅਤੇ ਵੀਰੋ ਤਵੀਆਂ ਆਪਾਂ ਕਿੰਨੀਆਂ ਵੀ ਬਣਵਾ ਸਕਦੇ ਜਿਵੇਂ 12 ਬਣਵਾਉਣੀ ਐ 14 ਬਣਵਾਉਣੇ 16 18 ਉਹ ਆਪਣੇ ਹਿਸਾਬ ਨਾਲ ਤੁਸੀਂ 19 ਵੀ ਤਵੀਆਂ ਬਣਵਾ ਸਕਦੇ ਹੋ ਅਤੇ ਇੱਥੇ ਜੋ ਟਰਾਲੀਆਂ ਉਹ ਵੀ ਪੂਰੇ ਫੈਨਸੀ ਤਰੀਕੇ ਦੇ ਤੇ ਮੋਡੀਫਾਈਡ ਟਰਾਲੀਆਂ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਵੀਰੋ ਜਿਵੇਂ ਆਪਾਂ ਕਹਿੰਦੇ ਡਬਲ ਪੰਪਾਂ ਦਾ ਟਰਾਲੀ ਲੈਣੀ ਹੈ ਉਹ ਵੀ ਮਿਲਦੀਆਂ ਨੇ ਛੋਟੀਆਂ ਟਰਾਲੀਆਂ ਹੁੰਦੀਆਂ ਆਪਣੇ ਮਲੂਕੀ ਆਮ ਰੱਖਿਓ ਨੇ ਛੋਟੇ ਟਰੈਕਟਰਾਂ ਖਾਤਰ ਮੋਟਰ ਟਰਾਲੀਆਂ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਪੂਰਾ ਸਫਾਈ ਨਾਲ ਤਿਆਰ ਕੀਤੇ ਜਾਂਦੀਆਂ ਨੇ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਛੋਟੀ ਟਰਾਲੀ ਤੁਹਾਨੂੰ ਦਿਖਾ ਰਹੇ ਹਾਂ ਸੀ ਅਤੇ ਵੱਡੀਆਂ ਟਰਾਲੀਆਂ ਪੂਰੇ ਬੈਡਵਰ ਲਾ ਕੇ ਪੂਰੇ ਫੈਂਸੀ ਤਰੀਕੇ ਨਾਲ ਪੂਰੇ ਮੋਡੀਫਾਈ ਹਰ ਇੱਕ ਚੀਜ਼ ਦਾ ਪ੍ਰਬੰਧ ਦਿੱਤਾ ਹੁੰਦਾ ਵਿੱਚ ਜਿਵੇਂ ਟੂਲ ਵਗੈਰਾ ਪਾਣੀ ਵਾਲੇ ਕੈਂਪਰ ਰੱਖਣ ਵਾਸਤੇ ਅਤੇ ਬਾਕੀ ਆਪਣਾ ਕੋਈ ਹੋਰ ਸਮਾਨ ਸਾਰੀ ਚੀਜ਼ ਦਿੱਤੀ ਜਾਂਦੀ ਕੋਈ ਵੀ ਸੰਦ ਹੈ ਪੂਰੇ ਮਾਡਲ ਵਿੱਚ ਬੇਜੇ ਜੀ ਕੋ ਕੇ ਖਰੀਦ ਸਕਦੇ ਹੋ ਧੰਨਵਾਦ ਵੀਰੋ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਅਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰੋ ਤਾਂਕਿ ਤੁਹਾਡੇ ਆਸ-ਪਾਸ ਆ ਜੋ ਕਿਸਾਨ ਹਨ ਉਹਨਾਂ ਨੂੰ ਵੀ ਮਦਦ ਹੋ ਸਕੇ ਅਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜਰੂਰ ਦੱਸੋ ਅਤੇ ਅੱਗੇ ਵਾਲੀ ਵੀਡੀਓ ਅਸੀਂ ਕਿਸ ਵਿਸ਼ੇ ਤੇ ਲੈ ਕੇ ਆਈਏ ਉਸ ਦੇ ਬਾਰੇ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਧੰਨਵਾਦ ਵੀਰੋ